ਮੈਨਿਨਜੋਕੋਕਲ ਸੈਪਟਸੀਮੀਆ ਨਾਲ ਮਰਨ ਵਾਲੇ ਬੱਚੇ ਦੀ ਦੇਖਭਾਲ ਦੇ ਵਿੱਚ ਕਈ ਅਸਫਲਤਾਵਾਂ ਪਾਈਆਂ ਗਈਆਂ ਹਨ। 13 ਮਹੀਨੇ ਦਾ ਬੱਚਾ ਬੁਖਾਰ ਅਤੇ ਉਲਟੀਆਂ ਦੇ ਨਾਲ ਉਮਾਰੋ ਹਸਪਤਾਲ ਪਹੁੰਚਿਆ ਸੀ, ਜਿੱਥੇ ਉਸਦਾ ਐਗਜ਼ਾਮਿਨ ਕੀਤਾ ਗਿਆ ਅਤੇ ਨਰਸਾਂ ਦੀ ਦੇਖਭਾਲ ਦੇ ਵਿੱਚ ਉਸਨੂੰ ਛੱਡ ਦਿੱਤਾ ਗਿਆ, ਜਿਨ੍ਹਾਂ ਨੇ ਉਸਦੀ ਦੁਬਾਰਾ ਜਾਂਚ ਕੀਤੀ ਅਤੇ ਇੱਕ ਤੱਫੜ ਦੇਖਿਆ ਤੇ ਬੱਚੇ ਦੀ ਹਾਲਤ ਉਸ ਵੇਲੇ ਠੀਕ ਨਹੀਂ ਲੱਗ ਰਹੀ ਸੀ। ਹਾਲਾਂਕਿ ਬੱਚੇ ਦਾ ਬਾਅਦ ਵਾਲਾ ਇਲਾਜ ਕਈ ਤਰੀਕਿਆਂ ਨਾਲ ਨਾਕਾਫੀ ਸੀ। ਡਾਕਟਰ ਤੁਰੰਤ ਹੀ ਸਮਝ ਗਏ ਕਿ ਬੱਚੇ ਨੂੰ ਮੈਨਿਨਜੋਕੋਕਲ ਬਿਮਾਰੀ ਹੈ। ਉਸਨੂੰ ਤਰਲ ਪਦਾਰਥ ਅਤੇ ਐਂਟੀਬਾਇਓਟਿਕਸ ਦਿੱਤੇ ਗਏ। ਜਦੋਂ ਉਸਦੀ ਹਾਲਤ ਸਥਿਰ ਹੋ ਗਈ ਤਾਂ ਉਸਨੂੰ ਨੇੜੇ ਦੇ ਇੱਕ ਵੱਡੇ ਹਸਪਤਾਲ ਦੇ ਵਿੱਚ ਤਬਦੀਲ ਕਰਨ ਦਾ ਪ੍ਰਬੰਧ ਕੀਤਾ ਗਿਆ। ਦੂਜੇ ਸਟਾਫ ਨੇ ਬੱਚੇ ਨੂੰ ਹੈਲੀਕਾਪਟਰ ਰਾਹੀਂ ਤਬਦੀਲ ਕਰਨ ਦੀ ਸਲਾਹ ਦਿੱਤੀ, ਪਰ ਇਸ ਦੀ ਬਜਾਏ ਉਸ ਨੂੰ ਐਂਬੂਲੈਂਸ ਰਾਹੀਂ ਹੀ ਭੇਜਿਆ ਗਿਆ। ਇਹ ਪੁੱਛੇ ਜਾਣ ਤੇ ਕਿ ਉਸ ਬੱਚੇ ਨੂੰ ਹਵਾਈ ਦੁਆਰਾ ਕਿਉਂ ਨਹੀਂ ਭੇਜਿਆ ਗਿਆ ਤਾਂ ਸਟਾਫ ਨੇ ਕਿਹਾ ਕਿ ਸਾਨੂੰ ਇਸ ਦੀ ਜ਼ਰੂਰਤ ਨਹੀਂ ਲੱਗੀ ਅਤੇ ਉਹਨਾਂ ਨੂੰ ਭਰੋਸਾ ਸੀ ਕਿ ਬੱਚੇ ਦੀ ਹਾਲਤ ਸਥਿਰ ਹੈ। ਹੈਲਥ ਐਂਡ ਡਿਸੇਬਿਲਟੀ ਡਿਪਟੀ ਕਮਿਸ਼ਨਰ ਡਾਕਟਰ ਵਨੇਸਾ ਕਾਲਡਵੈਲ ਦੁਆਰਾ ਇਹ ਫੈਸਲਾ ਅਣਉਚਿਤ ਪਾਇਆ ਗਿਆ, ਕਿਉਂਕਿ ਹਾਲਾਂਕਿ ਹਵਾਈ ਦੁਆਰਾ ਟ੍ਰਾਂਸਫਰ ਜਲਦੀ ਨਹੀਂ ਹੋ ਸਕਦਾ ਸੀ, ਬੱਚੇ ਨੂੰ ਰਸਤੇ ਦੇ ਵਿੱਚ ਨਿਗਰਾਨੀ ਪ੍ਰਾਪਤ ਹੋ ਸਕਦੀ ਸੀ। ਹੋਰ ਅਸਫਲਤਾਵਾਂ ਦੇ ਵਿੱਚ ਉਮਾਰੂ ਹਸਪਤਾਲ ਵਿੱਚ ਟੁਕਵੇਂ ਸਾਜੋ ਸਮਾਨ ਦੀ ਘਾਟ ਸ਼ਾਮਲ ਹੈ, ਜਿਸ ਵਿੱਚ ਬਾਲ ਰੋਗ ਨਿਗਰਾਨੀ ਉਪਕਰਨਾਂ ਦੀ ਵੀ ਘਾਟ ਸ਼ਾਮਲ ਹੈ ਅਤੇ ਕਈ ਪੜਾਵਾਂ ਤੇ ਬੱਚੇ ਦੀ ਸਥਿਤੀ ਦਾ ਮਾੜਾ ਜਾਂ ਕੋਈ ਦਸਤਾਵੇਜ਼ ਨਹੀਂ ਹੈ। ਕੈਲਡਵੈਲ ਨੇ ਸੈਕੰਡਰੀ ਹਸਪਤਾਲ ਵਿੱਚ ਟ੍ਰਾਂਸਫਰ ਕਰਨ ਦੇ ਡਾਕਟਰ ਦੇ ਪ੍ਰਬੰਧ ਦੀ ਆਲੋਚਨਾ ਕੀਤੀ ਹੈ। ਇਹ ਨੋਟ ਕੀਤਾ ਕਿ ਐਂਬੂਲੈਂਸ ਸੇਵਾ ਨੂੰ ਦੱਸਿਆ ਗਿਆ ਸੀ ਕਿ ਬੱਚੇ ਨੂੰ ਮੈਨਿਨਜਾਈਟਿਸ ਸੀ, ਜੋ ਕਿ ਸਮੇਂ ਦੇ ਨਾਲ ਸੰਵੇਦਨਸ਼ੀਲ ਹੈ, ਪਰ ਮੈਨਿਨਜੋਕੋਕਲ ਜਿੰਨਾ ਨਾਜ਼ੁਕ ਨਹੀਂ ਹੈ। ਕਾਲਡਵੈਲ ਨੇ ਕਿਹਾ ਹੈ ਕਿ ਤਬਾਦਲੇ ਦੇ ਢੰਗ ਦੇ ਫੈਸਲੇ ਲੈਣ ਦਾ ਸਮਰਥਨ ਕਰਨ ਲਈ ਉਚਿਤ ਉਦੇਸ਼ ਨਿਰੀਖਣ ਜਾਂ ਮਾਪਦੰਡਾਂ ਲਈ ਕੋਈ ਮਾਰਗਦਰਸ਼ਨ ਨਹੀਂ ਸੀ ਅਤੇ ਸਟਾਫ ਕਮਿਊਨੀਕੇਸ਼ਨ ਨਾਕਾਫੀ ਸੀ। ਬੱਚਾ ਵੱਡੇ ਹਸਪਤਾਲ ਦੇ ਵਿੱਚ ਪਹੁੰਚਿਆ, ਪਰ ਕਮਿਊਨੀਕੇਸ਼ਨ ਫੇਲੀਅਰ ਦੇ ਕਾਰਨ ਈਡੀ ਵਿੱਚ ਉਸਦੀ ਉਮੀਦ ਨਹੀਂ ਕੀਤੀ ਗਈ ਸੀ। ਇਸ ਸਮੇਂ ਤੱਕ ਬੱਚਾ ਸੁਸਤ ਸੀ ਅਤੇ ਉਸਦੇ ਬੁੱਲ ਪੀਲੇ ਪੈ ਚੁੱਕੇ ਸਨ। ਬੱਚਿਆਂ ਦੇ ਹਸਪਤਾਲ ਲਿਜਾਏ ਜਾਣ ਤੋਂ ਬਾਅਦ ਉਸਨੂੰ ICU ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਸਦੀ ਦੇਖਭਾਲ ਲਈ ਪੈਲੀਏਸ਼ਨ ਵਿੱਚ ਭੇਜਣ ਤੋਂ ਪਹਿਲਾਂ ਉਹ 6 ਦਿਨਾਂ ਤੱਕ ਅਸਥਿਰ ਸਥਿਤੀ ਦੇ ਵਿੱਚ ਰਿਹਾ। ਬੱਚੇ ਦੇ ਮਾਤਾ ਪਿਤਾ ਨੇ ਕਿਹਾ ਕਿ ਕੈਲਡਵੈਲ ਦੀ ਅਸਥਾਈ ਰਾਏ ਨੂੰ ਪੜ੍ਹਨ ਨਾਲ ਉਹਨਾਂ ਨੂੰ ਪਤਾ ਹੋਣ ਤੋਂ ਵੱਧ ਗਲਤੀਆਂ ਸਾਹਮਣੇ ਆਈਆਂ ਹਨ। ਉਹਨਾਂ ਨੇ ਕਿਹਾ ਹੈ ਕਿ ਇਹ ਮਹਿਸੂਸ ਹੋਇਆ ਹੈ ਕਿ ਸੰਭਾਲ ਦੇ ਹਰ ਪੱਧਰ ਤੇ ਮੁਸ਼ਕਲਾਂ ਉਹਨਾਂ ਦੇ ਬੱਚੇ ਦੇ ਵਿਰੁੱਧ ਸਨ। ਸਾਡੇ ਬੇਟੇ ਦੇ ਗੁਆਚਣ ਨਾਲ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਟੁੱਟ ਗਈ ਹੈ ਅਤੇ ਅਸੀਂ ਇਹ ਹਮੇਸ਼ਾ ਜਾਣਨ ਦੇ ਦਰਦ ਵਿੱਚ ਜੀਵਾਂਗੇ ਕਿ ਉਸਨੂੰ ਲੋੜ ਤੋਂ ਵੱਧ ਦੁੱਖ ਚੱਲਣਾ ਪਿਆ। ਐਂਬੂਲੈਂਸ ਸੇਵਾ ਦੀ ਵਰਤੋਂ ਕਰਨ ਦੇ ਆਪਣੇ ਫੈਸਲੇ ਤੇ ਖੜੇ ਹੋਏ ਡਾਕਟਰਾਂ ਨੇ ਕਿਹਾ ਹੈ ਕਿ ਉਹ ਭਵਿੱਖ ਦੇ ਫੈਸਲਿਆਂ ਵਿੱਚ ਕੇਸ ਦੀ ਗੰਭੀਰਤਾ ਅਤੇ ਵੱਖ ਵੱਖ ਟ੍ਰਾਂਸਪੋਰਟ ਵਿਕਲਪਾਂ ਦੇ ਪ੍ਰਬੰਧਨ ਸਮਰੱਥਾ ਨੂੰ ਕਾਰਜ ਕਰੇਗਾ। ਉਸਨੇ ਆਪਣੀ ਦਿਲੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਪਹੁੰਚਣ ਤੋਂ ਬਾਅਦ ਬੱਚੇ ਦੀ ਸਥਿਤੀ ਵਿੱਚ ਇੱਕ ਅਸਥਾਈ ਸੁਧਾਰ ਨੂੰ ਵੀ ਸਵੀਕਾਰ ਕੀਤਾ ਹੈ। ਇਸ ਦਾ ਮਤਲਬ ਇਹ ਹੈ ਕਿ ਹੌਲੀ ਹੌਲੀ ਵਿਗੜਦੀ ਤਸਵੀਰ ਦੇ ਰੁਝਾਨ ਤੋਂ ਖੁੰਝ ਗਿਆ ਸੀ। ਵੈਤਾਕੀ ਡਿਸਟ੍ਰਿਕਟ ਹੈਲਥ ਸਰਵਿਸ ਲਿਮਟਿਡ ਨੇ ਕਿਹਾ ਹੈ ਕਿ ਉਸਨੇ ਇਹ ਨਿਗਰਾਨੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੀ ਦੇਖਭਾਲ ਵਿੱਚ ਸੁਧਾਰ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ, ਜਿਸ ਵਿੱਚ ਬਾਲ ਚਿਕਿਤਸਕ ਅਰਲੀ ਚੇਤਾਵਨੀ ਸਕੋਰ ਨੂੰ ਅਪਣਾਉਣਾ ਸ਼ਾਮਲ ਹੈ, ਜਿਸ ਦੀ ਬੱਚੇ ਦੇ ਸ਼ੁਰੂਆਤੀ ਐਗਜ਼ਾਮਿਨ ਦੇ ਵਿੱਚ ਕਮੀ ਸੀ। ਬਿਊਰੋ ਰਿਪੋਰਟ, ਐਨਜਡ, ਪੰਜਾਬੀ ਨਿਊਜ਼।